ਲਓ ਜੀ, ਇਸ ਵੀਡੀਓ ਦੇ ਵਿੱਚ ਅੱਜ ਮੈਂ ਤੂੜੀ ਦਾ ਰੇਟ ਹੈਗਾ ਜਿਹੜਾ ਉਹ ਦੱਸਣ ਲੱਗਿਆ ਹਾਂ। ਜਿਹੜੀ ਆਪਾਂ ਤੂੜੀ ਅੱਜ ਚੁਕਾਈ ਹੈ ਨਾ, ਉਹਦਾ ਹੁਣ ਮੈਂ ਇਸ ਵੀਡੀਓ ਦੇ ਵਿੱਚ ਸਾਰਾ ਜਿਹੜਾ ਹੈਗਾ ਡਿਟੇਲ ਉਹ ਮੈਂ ਸਾਰਾ ਦੱਸ ਦੂੰਗਾ। ਹੁਣ ਵੀਡੀਓ ਨੂੰ ਧਿਆਨ ਨਾਲ ਦੇਖਿਓ। ਜੇ ਚੈਨਲ ਤੇ ਨਵੇਂ ਹੋ ਤਾਂ ਜਾਂ ਫੇਸਬੁੱਕ ਤੇ ਨਵੇਂ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ, ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਹੁਣ ਬਈ ਜਿਹੜੀ ਅੱਜ ਤੂੜੀ ਚੁਕਾਈ ਆ ਮੈਂ 10 ਤਰੀਕ ਤੇ ਦੂਜਾ ਮਹੀਨਾ 2024, ਇਹ ਸਾਨੂੰ ਦੱਸਣ ਦਾ ਤਾਂ ਮੇਰਾ ਇਹ ਮਤਲਬ ਹੈਗਾ। ਹੁਣ ਕਿਉਂਕਿ ਹੁਣ ਵੀਡੀਓ ਵਿੱਚ ਦੇਖਦੇ, ਅਗਲਾ ਕਹਿੰਦਾ ਵੀਡੀਓ ਪਤਾ ਨਹੀਂ ਕਿੰਨੇ ਕੁ ਦਿਨਾਂ ਦੀ ਹੋਊਗੀ, ਵੀ ਹੋ ਸਕਦਾ ਪਿਛਲੇ ਸਾਲ ਦੀ ਹੋਵੇ, ਹਨਾ। ਇਹ ਜਿਹੜਾ ਡਾਊਟ ਆ ਇਹ ਰਹਿ ਜਾਂਦਾ ਅਗਲੇ ਨੂੰ, ਤਾਂ ਕਰਕੇ ਮੈਂ ਤਰੀਕ ਸਾਨੂੰ ਦੱਸਿਆ ਗਾ। ਤੇ ਬਈ ਅੱਜ ਜਿਹੜੀ ਤੂੜੀ ਚੁਕਾਈ ਆ ਉਹਦਾ ਰੇਟ ਹੈਗਾ ਗਾ 400 ਰੁਪਇਆ। 400 ਰੁਪਇਆ ਰੇਟ ਲਾਇਆ ਉਹਨਾਂ ਨੇ ਚਿੱਟੀ ਜਮਾਂ ਤੂੜੀ, ਜਿਵੇਂ ਮੰਨ ਲਓ ਕਮਰਿਆਂ 'ਚ ਪਈ ਆ, ਅੰਦਰ ਪਈ ਆ, ਸਾਫ਼ ਤੂੜੀ ਸੀਗੀ। ਹੁਣ ਜਿਹੜੀ ਧੜਾਂ ਦੇ ਵਿੱਚ ਪਈ ਆ ਤੂੜੀ, ਉਹਦਾ ਰੇਟ ਥੋੜ੍ਹਾ ਜਿਹਾ ਘੱਟ ਹੈਗਾ ਬਈ, ਕਿਉਂਕਿ ਉਹ ਖਰਾਬ ਹੁੰਦੀ ਆ, ਮੈਲੀ ਹੁੰਦੀ ਆ ਤੂੜੀ, ਤਾਂ ਕਰਕੇ ਰੇਟ ਥੋੜ੍ਹਾ ਜਿਹਾ ਉਹਦਾ ਡਾਊਨ ਹੈਗਾ। ਹੁਣ ਜਿਹੜੀ ਘਰਾਂ 'ਚੋਂ ਚੁਕਵਾਉਂਦੇ ਆਪਾਂ, ਉਹਦਾ ਹੈਗਾ ਰੇਟ 400 ਰੁਪਇਆ। ਹੋ ਸਕਦਾ 20-30 ਰੁਪਏ 40 ਰੁਪਏ ਵੱਧ ਹੋਣ, ਆਪਾਂ ਤੋਂ 400 ਨੂੰ ਚੱਕੀਏ, ਪਰ ਜਿੱਥੇ ਕੋਈ ਖੜਦਾ ਉੱਥੇ ਖੜਾ ਲੈਂਦੇ ਆ, ਉਹ ਹਿਸਾਬ ਨਾਲ ਤੂੜੀ ਲੈ ਲੈਂਦੇ ਆ। ਕਿਉਂਕਿ ਆਪਾਂ ਇਹ ਚੁਕਾਈ ਸੀਗੀ ਜਿਹੜੇ ਪੀਟਰ ਹੁੰਦੇ ਆ, ਪੀਟਰ ਭਰਿਆ ਸੀ ਬਈ ਆਪਾਂ ਤਾਂ, ਤੇ ਹੁਣ ਪੀਟਰਾਂ ਵਾਲਿਆਂ ਦਾ ਰੇਟ ਹੈਗਾ 400 ਰੁਪਇਆ। ਜਿਹੜੇ ਟਰਾਲੀਆਂ ਵਾਲੇ ਹੁਣ ਪੰਡਾਂ 'ਚ ਲੈ ਕੇ ਜਾਂਦਾ ਜਾਂ ਭੂਕ ਵਾਲੀਆਂ ਟਰਾਲੀਆਂ ਨੇ, ਉਹਨਾਂ ਦਾ ਹੋ ਸਕਦਾ ਬਈ 10-20 ਰੁਪਏ ਰੇਟ ਵੱਧ ਵੀ ਹੋ ਸਕਦਾ, ਠੀਕ ਹੈ ਨਾ। ਤੇ ਹੁਣ ਜਿਹੜੀ ਇਹ ਹੁਣ ਪੀਟਰ 'ਚ ਘੱਟੋ ਘੱਟ 15-16 ਕੁਇੰਟਲ ਹੀ ਪੈਂਦੇ, ਤੋਂ ਜ਼ਿਆਦਾ ਨਹੀਂ ਪੈਂਦੇ। ਇਹਨਾਂ ਦਾ ਪਤਾ ਨਹੀਂ ਕੀ ਮਤਲਬ ਆ, ਹੁਣ ਇੱਥੋਂ ਭਰ ਲਿਆ, ਹੁਣ ਮੰਨ ਲਓ ਉਹ ਇੱਥੋਂ ਪੀਟਰ ਭਰ ਲਿਆ, ਇਹਨਾਂ ਨੇ ਲੈ ਕੇ ਜਾਣਾ ਗਾ ਹੁਣ 2-4 ਪਿੰਡ ਛੱਡ ਕੇ, ਹੋ ਸਕਦਾ ਵੀ ਜਾਂ ਡੈਰੀਆਂ ਡੋਰੀਆਂ 'ਚ ਲਾ ਦਿੰਦੇ ਆ, ਭੂੰਗ ਵਾਲੀਆਂ ਟਰਾਲੀਆਂ ਜਾਂਦੀਆਂ ਨੇ ਉਹ ਲੈ ਕੇ ਜਾਂਦੇ ਆ ਫੈਕਟਰੀਆਂ ਦੇ ਵਿੱਚ, ਤਾਂ ਕਰਕੇ ਉਹਦਾ ਰੇਟ ਥੋੜ੍ਹਾ ਜਿਹਾ ਵੱਧ ਹੁੰਦਾ, ਕਿਉਂਕਿ ਪਿੰਡਾਂ ਦੇ ਵਿੱਚ ਹੀ ਲਾਉਣੀ ਹੁੰਦੀ ਆ, ਤਾਂ ਕਰਕੇ ਥੋੜ੍ਹਾ ਜਿਹਾ ਰੇਟ ਇਹਦਾ ਘੱਟ ਹੁੰਦਾ ਗਾ ਇੱਥੋਂ, ਜਿਹੜੀ ਪਿੰਡਾਂ ਦੇ ਵਿੱਚੋਂ ਚੱਕਦੇ ਆ ਘਰਾਂ ਦੇ ਵਿੱਚੋਂ। ਹੁਣ ਜੇ ਆਪਾਂ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ, ਉੱਥੇ ਰੇਟ ਮਿਲਦਾ ਬਈ ਆਪਾਂ ਨੂੰ ਪੂਰਾ, ਉੱਥੇ ਮਿਲਦਾ ਗਾ 550 ਰੁਪਇਆ ਰੇਟ ਅੱਜ ਦਾ ਗਾ। ਮੰਡੀਆਂ 'ਚ ਤੂੜੀ ਲੈ ਕੇ ਜਾਂਦੇ ਆਪਾਂ, ਹੁਣ ਮੰਡੀਆਂ 'ਚ ਕੀ ਰੇਟ ਹੈਗਾ ਉਹ ਮੈਂ ਬਾਈਆਂ ਨੂੰ ਪੁੱਛਿਆ ਸੀਗਾ ਅੱਜ ਦਾ ਰੇਟ, ਤੇ ਅੱਜ ਦਾ ਰੇਟ ਹੈਗਾ ਉਹ ਮੰਡੀਆਂ ਦੇ ਵਿੱਚ 550 ਰੁਪਇਆ। ਉਹਦੇ ਦੱਸਣ ਦੇ ਹਿਸਾਬ ਨਾਲ ਹੋ ਸਕਦਾ 20-50 ਰੁਪਏ ਉੱਧਰ ਉੱਧਰ ਹੀ ਵੱਧ ਘੱਟ ਹੋਵੇ, ਹਨਾ, ਉਹ ਆਪਾਂ ਕੁਛ ਕਹਿ ਨਹੀਂ ਸਕਦੇ। ਜਿੰਨਾ ਬਾਈ ਨੇ ਦੱਸਿਆ ਆਪਾਂ ਤੁਹਾਨੂੰ ਉਨਾ ਹੀ ਦੱਸਿਆ ਗਾ, ਤੇ 550 ਰੁਪਇਆ ਰੇਟ ਮੰਡੀਆਂ ਦਾ, ਤੇ 400 ਨੂੰ ਆਪਾਂ ਹੁਣ ਘਰੋਂ ਚੁਕਾਈਆ ਅੱਜ ਦੇ ਦਿਨ। ਮੈਂ ਤਾਂ ਕਰਕੇ ਅੱਜ ਹੀ ਵੀਡੀਓ ਤਿਆਰ ਕਰੀ ਇਹ, ਤੇ ਅੱਜ ਹੀ ਮਤਲਬ ਤੁਹਾਨੂੰ ਦੱਸਿਆ ਗਾ। ਤੇ ਹੁਣ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਤੇ ਵੀਡੀਓ ਨੂੰ ਸ਼ੇਅਰ ਕਰ ਦਿਓ।